ਪੰਜਾਬੀ ਮਾਣ ਪੰਜਾਬੀ ਉੱਥੋਂ ਦੇ ਉਹ ਜਾਵਣ ਜਿੱਥੇ ਜਾਣ ਪੰਜਾਬੀ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਹੀ ਖਾਸ ਗੱਲਬਾਤ ਇੱਕ ਤੁਹਾਨੂੰ ਵਿਖਾਈ ਜਾਏਗੀ। ਪੰਜਾਬੀ ਦੇ ਬਹੁਤ ਹੀ ਮਸ਼ਹੂਰ ਕਲਾਕਾਰ, ਪੰਜਾਬੀ ਫਿਲਮੀ ਅਦਾਕਾਰ ਯੋਗੇਸ਼ ਛਾਬੜਾ ਜੀ ਬੀਤੇ ਦਿਨੀ ਟੋਰੋਂਟੋ ਵਿੱਚ ਆਏ ਹੋਏ ਸਨ ਔਰ ਮੈਨੂੰ ਉਹਨਾਂ ਨਾਲ ਮਿਲ ਕੇ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹ ਗੱਲਬਾਤ ਅੱਜ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਯੋਗੇਸ਼ ਛਾਬੜਾ ਜੀ ਨੇ ਕੋਈ ਇੱਕ, ਦੋ ਜਾਂ ਚਾਰ ਫਿਲਮਾਂ ਵਿੱਚ ਕੰਮ ਨਹੀਂ ਕੀਤਾ, ਉਹਨਾਂ ਨੇ ਤਕਰੀਬਨ ਪੰਜਾਬੀ ਦੀਆਂ 20 ਤੋਂ 25 ਫਿਲਮਾਂ ਵਿੱਚ ਕੰਮ ਕੀਤਾ ਔਰ ਅਨੇਕਾਂ ਹੀ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਆਓ ਯੋਗੇਸ਼ ਛਾਬੜਾ ਜੀ ਨਾਲ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਯੋਗੇਸ਼ ਜੀ, ਤੁਹਾਡਾ ਪੰਜਾਬੀ ਧੜਕਣ ਵਿੱਚ ਨਿੱਘਾ ਸਵਾਗਤ। ਥੈਂਕ ਯੂ ਜੀ। ਗੁਲਸ਼ਨ ਜੀ, ਸਤਿ ਸ਼੍ਰੀ ਅਕਾਲ ਔਰ ਤੁਹਾਡੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਔਰ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਯੋਗੇਸ਼ ਜੀ, ਤੁਹਾਨੂੰ ਵੇਖ ਕੇ ਅਸੀਂ ਤੁਹਾਡੇ ਕੋਲੋਂ ਬੜਾ ਇੰਸਪਾਇਰ ਹੋਏ ਹਾਂ। ਕਿੰਨੀਆਂ ਹੀ ਤੁਹਾਡੀਆਂ ਅਣਗਿਣਤ ਫਿਲਮਾਂ ਵੇਖੀਆਂ ਨੇ ਪਰ ਅਸੀਂ ਅੱਜ ਚਾਹੁੰਦੇ ਹਾਂ ਕਿ ਸਾਡੇ ਪੰਜਾਬੀ ਧੜਕਣ ਪ੍ਰੋਗਰਾਮ ਵਿੱਚ ਜੋ ਤੁਹਾਡਾ ਸਫ਼ਰ ਸ਼ੁਰੂ ਹੋਇਆ ਫਿਲਮਾਂ ਵਿੱਚ, ਪੰਜਾਬੀ ਫਿਲਮਾਂ ਵਿੱਚ, ਹਿੰਦੀ ਫਿਲਮਾਂ ਵਿੱਚ, ਇਹਦੀ ਸ਼ੁਰੂਆਤ ਕਿੱਥੇ ਅਤੇ ਕਿਵੇਂ ਹੋਈ ਹੈ ਇਹ ਸਾਡੇ ਦਰਸ਼ਕਾਂ ਨੂੰ ਦੱਸੋ। ਗੁਰਸ਼ਰਨ ਜੀ, ਇਹ ਸ਼ੁਰੂਆਤ ਤਾਂ ਮੇਰੇ ਫਾਦਰ ਸਾਹਿਬ ਨੇ ਕੀਤੀ ਸੀ, ਜਿਨ੍ਹਾਂ ਨੇ ਮੈਨੂੰ ਰੋਕਿਆ ਨਹੀਂ ਔਰ ਮੈਨੂੰ ਇਨਕਰੇਜ ਕੀਤਾ। ਮੈਂ ਸ਼੍ਰੀ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ ਔਰ ਜਗਜੀਤ ਸਾਹਿਬ ਦੇ ਪਿੰਡ। ਹਾਂਜੀ ਹਾਂਜੀ, ਬਿਲਕੁਲ ਜਗਜੀਤ ਜੀ ਦੇ ਪਿੰਡ ਦਾ ਰਹਿਣ ਵਾਲਾ ਮੈਂ ਅਤੇ ਮੇਰੀ ਸ਼ੁਰੂਆਤ ਹੋਈ ਫਿਲਮ ਇੰਸਟੀਚਿਊਟ ਪੂਨਾ ਵਿੱਚੋਂ, ਜਿੱਥੇ ਕਿ ਮੈਂ ਕੰਪੀਟੀਸ਼ਨ ਲੜ ਕੇ ਉੱਥੇ ਟ੍ਰੇਨਿੰਗ ਲਈ, ਐਕਟਿੰਗ ਦੀ ਟ੍ਰੇਨਿੰਗ ਲਈ, ਅਤੇ ਉਹਦੇ ਵਿੱਚ ਮੇਰੇ ਨਾਲ ਸੀ ਜੈ ਬੱਚਨ ਜੀ, ਜਿਹੜੇ ਹੁਣ ਹੈਗੇ ਨੇ ਜੈ ਬੱਚਨ ਜੀ, ਸ਼ੀ ਵਾਜ਼ ਮਾਈ ਕਲਾਸਮੇਟ। ਜੈ ਬਹਾਦਰੀ, ਹਾਂਜੀ ਜੈ ਬਹਾਦਰੀ ਉਸ ਟਾਈਮ ਸੀਗੇ, ਔਰ ਡੈਨੀ ਔਰ ਅਨਿਲ ਧਵਨ, ਬਾਕੀ ਮਿਠੁਨ ਚੱਕਰਵਰਤੀ, ਨਸੀਰੁਦੀਨ ਸ਼ਾਹ, ਓਮ ਪੁਰੀ, ਅਤੇ ਕਾਫੀ ਅੱਛੇ ਅੱਛੇ ਵੱਡੇ ਵੱਡੇ ਐਕਟਰ, ਇਹ ਮੇਰੇ ਜੂਨੀਅਰ ਸੀਗੇ। ਮਤਲਬ ਜੂਨੀਅਰ ਮਤਲਬ ਦੇਵਰ ਆਫਟਰ ਮਾਈ ਬੈਚ। ਬਹੁਤ ਗੁੱਡ। ਹਾਂਜੀ, ਅਤੇ ਪੂਨਾ ਇੰਸਟੀਚਿਊਟ ਤੋਂ ਬਾਅਦ ਤੁਸੀਂ ਜਿਹੜੀ ਪਹਿਲੀ ਫਿਲਮ ਹੈ ਉਹ ਕਿਹੜੀ ਕੀਤੀ? ਪਹਿਲੀ ਫਿਲਮ ਮੈਨੂੰ ਮਿਲੀ ਮੇਰੇ ਆਪਣੇ ਗੁਲਜ਼ਾਰ ਸਾਹਿਬ ਦਾ ਸਾਥ ਮਿਲਿਆ ਮੈਨੂੰ। ਗੁਲਜ਼ਾਰ ਸਾਹਿਬ ਨੇ ਮੈਨੂੰ ਮੇਰੇ ਆਪਣੇ 'ਚ ਰੋਲ, ਮੇਰੇ ਆਪਣੇ 'ਚ ਮੈਂ ਸੀ, ਪੈਂਟਲ ਸੀ, ਸ਼ਤਰੂਘਨ ਸਿਨਹਾ ਸੀ, ਵਿਨੋਦ ਖੰਨਾ ਸੀ, ਕਾਫੀ ਲੋਕ ਸੀ, ਉਹਨਾਂ ਨੇ ਮਤਲਬ ਮਿਲ ਕੇ ਕੰਮ ਕੀਤਾ। ਔਰ ਮੀਨਾ ਕੁਮਾਰੀ ਜੀ ਨਾਲ ਮੈਨੂੰ, ਜਿਨ੍ਹਾਂ ਦੀ ਉਹ ਆਖਰੀ ਫਿਲਮ ਸੀ, ਮੈਂ ਖੁਸ਼ਕਿਸਮਤ ਸੀ, ਮੈਨੂੰ ਉਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਉੱਥੋਂ ਮੇਰਾ ਕੈਰੀਅਰ ਸਟਾਰਟ ਹੋਇਆ। ਬਹੁਤ ਖੂਬ। ਅਤੇ ਪੰਜਾਬੀ ਫਿਲਮਾਂ ਵਿੱਚ ਤੁਹਾਡੀ ਐਂਟਰੀ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ। ਹਾਂਜੀ, ਪੰਜਾਬੀ ਫਿਲਮਾਂ 'ਚ ਉਹਦੇ ਬਾਅਦ ਦਰਅਸਲ ਕੀ ਹੋਇਆ ਕਿ ਮੈਨੂੰ ਬਹੁਤ ਸ਼ੌਕ ਸੀ ਵੀ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਾਂ, ਹੀਰੋ ਬਣਾ, ਅਤੇ ਫਿਰ ਆਪਣੇ ਮੇਹਰ ਮਿੱਤਲ ਜੀ ਮਿਲ ਗਏ, ਉਹ ਕਹਿੰਦੇ ਯਾਰ ਮੇਰੀ ਪਿਛਲੀ ਪਿਕਚਰ ਤਾਂ ਫੇਲ ਹੋ ਗਈ ਸੀ ਮਾਂ ਦਾ ਲਾਡਲਾ, ਅਤੇ ਹੁਣ ਮੈਂ ਫਿਰ ਇੱਕ ਜੈ ਮਾਤਾ ਸ਼ੇਰਾਂ ਵਾਲੀ ਬਣਾਉਣਾ ਚਾਹੁੰਦਾ, ਉਹਦੇ ਤੈਨੂੰ ਹੀਰੋ ਲਾਂਗਾ। ਅਤੇ ਮੈਂ ਕਿਹਾ ਜੀ ਸਾਈਨਿੰਗ ਅਮਾਊਂਟ ਕਦੋਂ ਦਿਓਗੇ? ਠੀਕ ਹੈ। ਕਹਿੰਦੇ ਜੀ ਸਾਈਨਿੰਗ ਅਮਾਊਂਟ ਮੈਂ ਤੈਨੂੰ ਆਊਂਗਾ ਸੰਡੇ ਨੂੰ ਸਵੇਰੇ 10 ਵਜੇ। ਅਤੇ ਮੈਂ ਆਪਣੀ ਉਹ ਟੈਰਿਸ ਫਲੈਟ ਹੈ ਮੇਰਾ ਜੂ 'ਤੇ, ਮੈਂ ਉਹਦੇ 'ਤੇ ਘੁੰਮਦਾ ਰਿਹਾ ਜੀ 12 ਵਜੇ ਤੱਕ। ਉਹ 12 ਵਜੇ ਆ ਕੇ ਮੇਹਰ ਮਿੱਤਲ ਜੀ ਨੇ ਮੈਨੂੰ 51,000 ਰੁਪਏ ਸਾਈਨਿੰਗ ਅਮਾਊਂਟ ਦਿੱਤਾ। ਵਾਹ ਜੀ। ਮੈਂ ਕਿਹਾ ਜੈ ਮਾਤਾ ਸ਼ੇਰਾਂ ਵਾਲੀ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਔਰ ਉਹ ਮਾਤਾ ਦੀ ਕਿਰਪਾ ਨਾਲ ਹੀ ਪਿਕਚਰ ਸੁਪਰ ਹਿੱਟ ਹੋਈ ਔਰ ਆਪਣਾ ਕੈਰੀਅਰ ਸ਼ੁਰੂ ਹੋ ਗਿਆ। ਫਿਰ ਉਹਦੇ ਬਾਅਦ ਵਿਲਾਇਤੀ ਬਾਬੂ ਬਣਾਈ, ਉਹਦੇ ਬਾਅਦ 'ਚ ਅਮਿਤਾਭ ਬੱਚਨ ਜੀ ਨੂੰ ਮੈਂ ਲਿਆਇਆ ਕੰਮ ਕਰਨ ਵਾਸਤੇ ਪੰਜਾਬੀ ਫਿਲਮ ਵਿੱਚ। ਹਾਂਜੀ, ਪੰਜਾਬੀ ਫਿਲਮ 'ਚ ਔਰ ਬਹੁਤ ਅੱਛੀ ਪੰਜਾਬੀ ਬੋਲ ਲੈਂਦੇ ਨੇ, ਕਿਉਂਕਿ ਉਹਨਾਂ ਦੀ ਮਦਰ ਜਿਹੜੇ ਨੇ ਉਹ ਤੇਜੀ ਬੱਚਨ ਜੀ, ਉਹ ਸਿੱਖ ਫੈਮਿਲੀ ਤੋਂ ਨੇ। ਹਾਂ, ਪਿੱਛੇ ਜਿਹਾ ਮੈਂ ਉਹਨਾਂ ਦੀ ਇੱਕ ਇੰਟਰਵਿਊ ਵੇਖ ਰਿਹਾ ਸੀ, ਉਹਦੇ ਵਿੱਚ ਉਹ ਸਾਰੀ ਪੰਜਾਬੀ ਬੋਲ ਰਹੇ ਨੇ ਮੇਰੇ ਖਿਆਲ, LA ਵਿੱਚ ਉਹਨਾਂ ਦੀ ਕੋਈ ਇੰਟਰਵਿਊ। ਹਾਂਜੀ ਹਾਂਜੀ, ਉਹ ਪੰਜਾਬੀ ਬਹੁਤ ਸੋਹਣੀ ਬੋਲ ਲੈਂਦੇ ਨੇ। ਅੱਛਾ, ਮੈਂ ਕੁਝ ਫਿਲਮਾਂ ਦੇ ਨਾਲ ਆਵਾਂਗਾ, ਇਹਨਾਂ ਨਾਲ ਤੁਹਾਡੀਆਂ ਜੋ ਯਾਦਾਂ ਜੁੜੀਆਂ ਨੇ, ਕੋਈ ਖਾਸ ਇਹੋ ਜਿਹੀ ਗੱਲ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਹੈ? ਜੱਗ ਵਾਲਾ ਮੇਲਾ। ਹਾਂਜੀ ਹਾਂਜੀ। ਬੀਂਗਾ ਪਿਆਰ ਦੀਆਂ। ਹਾਂਜੀ। ਅਨੋਖਾ ਮੋੜ। ਹਾਂਜੀ 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 ਹਾਂਜੀ। ਨੈਣ ਪ੍ਰੀਤੋ ਦੇ। ਹਾਂਜੀ, ਨੈਣ ਪ੍ਰੀਤੋ ਦੇ ਤਾਂ ਬਹੁਤ ਅੱਛੀ ਚੱਲੀ ਸੀ। ਵੈਰੀ ਜੱਟ। ਹਾਂਜੀ, ਮਾਮਲਾ ਗੜਬੜਾ ਹੈ ਗੁਰਦਾਸ ਜੀ ਨਾਲ। ਹਾਂਜੀ ਹਾਂਜੀ। ਬਟਵਾਰਾ, ਲਾਜੋ ਪਟਵਾਰੀ, ਸਰਪੰਚ, ਵਲੈਤੀ ਬਾਬੂ, ਅੰਬੇ ਮਾਂ ਜਗਦੰਬੇ ਮਾਂ, ਗੰਗਾ ਕੀ ਸੌਗੰਧ, ਗੁਮਰਾਹ, ਜ਼ਹਿਰੀਲੇ ਇਨਸਾਨ। ਹਾਂਜੀ ਹਾਂਜੀ। ਨਮਕ ਹਰਾਮ ਤੇ ਜੰਗਲ ਮੇ ਮੰਗਲ। ਹਾਂ, ਜੰਗਲ ਮੇ ਮੰਗਲ। ਹਾਂਜੀ, ਹਿੰਦੀ ਫਿਲਮਾਂ ਸਨ। ਹਾਂਜੀ, ਇਹ ਹਿੰਦੀ ਫਿਲਮਾਂ ਸਨ ਜੀ।
ਔਰ ਮੈਂ ਕਾਫੀ ਫਿਲਮਾਂ ਕੀਤੀਆਂ ਪੰਜਾਬੀ ਵੀ, ਇਸ ਤੋਂ ਵੀ ਬਹੁਤ ਜ਼ਿਆਦਾ ਕੀਤੀਆਂ ਮੈਂ, ਕੋਈ 40-45 ਪੰਜਾਬੀ ਪਿਕਚਰਾਂ ਕੀਤੀਆਂ ਔਰ ਹਿੰਦੀ ਪਿਕਚਰਾਂ ਤਾਂ ਬਹੁਤ ਕੀਤੀਆਂ ਹੀ ਹੈ ਜੀ। ਔਰ ਲਾਸਟ ਪਿਕਚਰ ਸੀ ਦੇਸੋ ਪਰਦੇਸ, ਉਹਦੇ ਬਾਅਦ ਮੈਂ ਇੱਕ ਪਿਕਚਰ ਇੱਥੇ ਹਾਲੀਵੁੱਡ ਵਿੱਚ ਸ਼ੂਟ ਕੀਤੀ ਸੀ ਬੇਦਾਗ ਰਿਸ਼ਤਾ, ਉਹ ਵੀ ਬਸ ਤਿਆਰ ਹੋ ਜਾਏਗੀ ਮੇਰੇ ਖਿਆਲ 'ਚ, ਹੁਣ ਰਿਲੀਜ਼ ਹੋ ਜਾਏਗੀ। ਔਰ ਇੱਕ ਦੌਰ ਸੀ ਜਦੋਂ ਪੰਜਾਬੀ ਫਿਲਮਾਂ ਦਾ ਮਿਆਰ ਔਰ ਹਿੰਦੀ ਫਿਲਮਾਂ ਦਾ ਮਿਆਰ ਬਹੁਤ ਅੰਤਰ ਸੀ, ਬਹੁਤ ਫਰਕ ਸੀ। ਹਾਂਜੀ ਹਾਂਜੀ, ਹੁਣ ਅੱਜ ਦੇ ਸਮੇਂ ਵਿੱਚ ਕਾਫੀ ਪੰਜਾਬੀ ਫਿਲਮਾਂ ਗਾਂਹ ਵੱਧ ਕੇ ਆ ਰਹੀਆਂ ਨੇ ਔਰ ਆਡੀਅੰਸ ਵੀ ਥੋੜ੍ਹੀ ਜਿਹੀ ਚੇਂਜ ਹੋ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ 'ਚ ਇਹ ਕਹਿਣਾ ਚਾਹਾਂਗੇ ਜੀ, ਮਤਲਬ ਵੈਸੇ ਚੇਂਜ ਤਾਂ ਆਇਆ ਹੀ ਹੈ, ਹਿੰਦੀ ਫਿਲਮਾਂ 'ਚ ਵੀ ਚੇਂਜ ਆਇਆ ਕਾਫੀ, ਔਰ ਪੰਜਾਬੀ ਫਿਲਮਾਂ 'ਚ ਤਾਂ ਬਹੁਤ ਹੀ ਆਇਆ, ਤੁਹਾਡੇ ਸਾਹਮਣੇ ਦਿਖ ਰਿਹਾ ਹੁਣ ਪਿਕਚਰਾਂ ਸੁਪਰ ਡੁਪਰ ਹਿੱਟ ਹੋ ਰਹੀਆਂ ਨੇ ਔਰ ਹੀਰੋ ਹੀਰੋਇਨਾਂ ਚੰਗੇ ਪੈਸੇ ਮਿਲਣ ਲੱਗ ਗਏ ਨੇ ਸਾਰਿਆਂ ਨੂੰ ਔਰ ਆਡੀਅੰਸ ਨੂੰ ਉਹਨਾਂ ਦੀ ਖੁਰਾਕ ਮਿਲਣ ਲੱਗ ਗਈ ਹੈ। ਐਕਚੁਲੀ ਇਹ ਪਹਿਲੇ ਅਸੀਂ ਕਾਫੀ ਫਿਲਮਾਂ ਬਣਾਈਆਂ, ਉਹਨਾਂ ਵਿੱਚ ਆਡੀਅੰਸ ਦੇ ਵਿੱਚ ਇਹ ਰਹਿੰਦਾ ਸੀ, ਜਿਵੇਂ ਸਰਪੰਚ ਚੱਲੀ ਇੱਕ ਅੱਛੀ ਪਿਕਚਰ ਬਣੀ ਹੋਈ ਸੀ, ਬਟਵਾਰਾ ਹੈ, ਮਾਮਲਾ ਗੜਬੜਾ ਹੈ, ਇਹ ਸਾਰੀਆਂ ਸੁਪਰਹਿੱਟ ਫਿਲਮਾਂ ਸੀ। ਬਿਲਕੁਲ, ਔਰ ਇਸ ਤਰ੍ਹਾਂ ਹੀ ਮਤਲਬ ਜਦੋਂ ਵੀ ਅੱਛਾ ਮਟੀਰੀਅਲ ਮਿਲਿਆ ਪੰਜਾਬੀ ਆਡੀਅੰਸ ਨੂੰ ਔਰ ਇੱਕ ਪੰਜਾਬ ਸਮਝੋ ਲਈ ਇੱਕ ਪੰਜਾਬ ਬੈਠਾ ਪੰਜਾਬ ਦੇ ਵਿੱਚ ਔਰ ਚਾਰ ਗੁਣਾ ਪੰਜਾਬ ਬੈਠਾ ਬਾਹਰ ਪੰਜਾਬੀਆਂ ਦੀ ਫਿਤਰਤ ਹੈ, ਅੱਛੀ ਕਾਮੇਡੀ ਦੇ ਦਿਓ, ਉਹ ਹੱਸੇ ਦੇ ਤਾਂ ਮਤਲਬ ਗੱਲ ਗੱਲ ਤੇ ਹੱਸਦੇ ਨੇ, ਤੇ ਮਿਊਜ਼ਿਕ ਵੀ ਇਸ ਤਰ੍ਹਾਂ ਮਤਲਬ ਉਹ ਭੁੱਖ ਸੀਗੀ, ਉਸ ਭੁੱਖ ਨੂੰ ਹੁਣ ਬੜੇ ਅੱਛੇ ਤਰੀਕੇ ਨਾਲ ਪਰੋਸਿਆ ਜਾ ਰਿਹਾ ਨਵੇਂ ਡਾਇਰੈਕਟਰ ਨਵੇਂ ਐਕਟਰ ਔਰ ਉਹਦੇ 'ਚ ਅਸੀਂ ਵੀ ਹੁਣ ਜੰਪ ਕਰਾਂਗੇ। ਤੁਸੀਂ ਐਕਟਿੰਗ ਦੇ ਨਾਲ ਨਾਲ ਡਾਇਰੈਕਸ਼ਨ ਵੀ ਕੀਤੀ ਹੈ? ਹਾਂਜੀ ਬਿਲਕੁਲ। ਉਹ ਜਿਹੜਾ ਤੁਹਾਡਾ ਐਕਸਪੀਰੀਅੰਸ ਡਾਇਰੈਕਸ਼ਨ ਦਾ ਉਹਦੇ ਬਾਰੇ ਦੱਸੋ ਕੁਝ। ਐਕਸਪੀਰੀਅੰਸ ਡਾਇਰੈਕਸ਼ਨ ਦਾ ਬਹੁਤ ਅੱਛਾ ਹੈ ਜੀ, ਮਤਲਬ ਆਦਮੀ ਜਦ ਕ੍ਰੀਏਟ ਕਰਨ ਲੱਗਦਾ ਨਾ, ਮਤਲਬ ਉਦੋਂ ਬੰਦਾ ਮਤਲਬ ਜੇ ਅੱਛੀ ਅੱਛੀ ਸਕ੍ਰਿਪਟ ਹੋਵੇ, ਅੱਛੀ ਅੱਛਾ ਮਿਊਜ਼ਿਕ ਹੋਵੇ, ਅੱਛੇ ਐਕਟਰ ਹੋਣ, ਤਾਂ ਡਾਇਰੈਕਸ਼ਨ ਦਾ ਮਜ਼ਾ ਹੀ ਆ ਜਾਂਦਾ, ਮਤਲਬ ਐਂ ਲੁਤਫ ਆ ਜਾਂਦਾ ਕਿ ਯਾਰ ਮੈਂ ਜੋ ਮਨ 'ਚ ਜਾਂ ਦਿਮਾਗ 'ਚ ਸੋਚ ਰਿਹਾ ਨਾ, ਉਹ ਚੀਜ਼ਾਂ ਇਹ ਮੇਰੇ ਆਰਟਿਸਟ ਮੇਰੇ ਸਾਰੇ ਜਿਹੜੇ ਕਲਾਕਾਰ ਨੇ ਉਹਨੂੰ ਪੋਟਰੇ ਕਰ ਰਹੇ ਨੇ, ਪੇਸ਼ ਕਰ ਰਹੇ ਨੇ, ਅਤੇ ਉਹ ਬੜੀ ਮਨ 'ਚ ਤਸੱਲੀ ਹੁੰਦੀ ਹੈ, ਦਿਮਾਗ 'ਚ ਵੀ ਤਸੱਲੀ ਹੁੰਦੀ ਹੈ ਜੀ। ਅਤੇ ਹੁਣ ਤੁਸੀਂ ਡਾਇਰੈਕਸ਼ਨ ਕਰੋਗੇ? ਕਿਉਂਕਿ ਹੁਣ ਤਾਂ ਟਾਈਮ ਹੈ ਪੰਜਾਬੀ ਫਿਲਮ। ਨਹੀਂ ਜੀ, ਮੈਂ ਡਾਇਰੈਕਸ਼ਨ ਵੀ ਕਰਾਂਗਾ ਜੀ, ਬਿਲਕੁਲ ਡਾਇਰੈਕਸ਼ਨ ਕਰਾਂਗਾ, ਕਿਉਂਕਿ ਮੈਂ ਕਾਫੀ 4-5 ਸਾਲਾਂ ਦੇ ਗੈਪ ਦੇ ਬਾਅਦ ਹੁਣ ਫਿਰ ਜੰਪ ਕਰ ਰਿਹਾ ਮੈਂ ਔਰ ਤੁਸੀਂ ਸਾਡੇ ਨਾਲ ਹੀ ਹੋ ਸਾਰੇ ਹੈ ਔਰ ਖਾਸ ਕਰ ਸਾਡੇ ਭਾਈ ਸਾਹਿਬ ਨੇ ਇੱਥੇ ਟੋਰੋਂਟੋ ਦੇ ਰਮੇਸ਼ ਕੌਸ਼ਲ ਜੀ, ਉਹ ਮੇਰੀ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇੱਥੋਂ ਦੇ ਕਈ ਆਰਟਿਸਟ ਨੇ, ਨਵੇਂ ਕਲਾਕਾਰ ਪੁਰਾਣੇ ਕਲਾਕਾਰ ਜਿਹੜੇ ਐਕਸਪੀਰੀਅੰਸ ਨੇ, ਉਹਨਾਂ ਸਾਰਿਆਂ ਨੂੰ ਚਾਂਸ ਦੇਣਾ ਹੈ ਤੁਸੀਂ। ਮੈਂ ਕਿਹਾ ਜੀ ਬਿਲਕੁਲ, ਇਹ ਤਾਂ ਖੁਸ਼ਕਿਸਮਤੀ ਦੀ ਗੱਲ ਹੈ ਕਿ ਨਵੀਂ ਟੈਲੈਂਟ ਸਾਹਮਣੇ ਆਵੇ ਜੀ, ਹੈ ਜੀ। ਔਰ ਉਹਨਾਂ ਨੇ ਕਾਫੀ ਮਤਲਬ ਹੋਰ ਵੀ ਹੈਲਪ ਕੀਤੀ ਹੈ ਮੇਰੀ, ਮਤਲਬ ਇਨਵੈਸਟਰਸ ਵੀ ਕਾਫੀ ਮਿਲਵਾ ਦਿੱਤੇ ਉਹਨਾਂ ਨੇ, ਵੈਸੇ ਹੀ ਉਹਨਾਂ ਨੇ ਮਿਲਵਾਏ ਸੀ ਲੇਕਿਨ ਕਾਫੀ ਲੋਕ ਅੱਗੇ ਆ ਰਹੇ ਨੇ, ਵੱਧ ਕੇ ਆ ਰਹੇ ਨੇ, ਤੇ ਇੱਕ ਇਹ ਬੜੀ ਅੱਛੀ ਮਤਲਬ ਗੱਲ ਹੈ ਕਿ ਅੱਛਾ ਹੁੰਗਾਰਾ ਮਿਲ ਰਿਹਾ ਮੇਰੇ ਇਸ ਗੱਲ ਨੂੰ ਔਰ ਪਿਕਚਰ ਦਾ ਸਕ੍ਰਿਪਟ ਵੀ ਅਸੀਂ ਲਿਖ ਰਹੇ ਹਾਂ, ਪਿਕਚਰ ਦੇ ਸਭ ਚੀਜ਼ਾਂ ਐਵਰੀਥਿੰਗ ਇਜ਼ ਮਤਲਬ ਸੈੱਟ ਵੈਰੀ ਗੁੱਡ ਟੂ ਗੋ ਐਂਡ ਰੋਲ। ਉਮੀਦ ਹੈ ਬਹੁਤ ਜਲਦੀ ਇੱਥੇ ਅਸੀਂ ਪ੍ਰੋਡਕਸ਼ਨ ਸ਼ੁਰੂ ਕਰਾਂਗੇ। ਹਾਂਜੀ 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 ਬਿਲਕੁਲ ਬਿਲਕੁਲ, ਤੁਹਾਡੇ ਨਾਲ ਹੀ ਕਰਾਂਗੇ ਜੀ ਭਾਅ ਜੀ। ਅਤੇ ਦੇਖੋ ਜਦੋਂ ਨਾ ਪੁਰਾਣੇ ਜ਼ਮਾਨੇ 'ਚ ਕੋਈ ਵਲੈਤ ਤੋਂ ਆਉਂਦਾ ਸੀ ਤਾਂ ਪਿੰਡ 'ਚ ਬੈਠ ਕੇ ਬੱਚੇ ਕਹਿੰਦੇ ਸੀ ਸਾਨੂੰ ਵਲੈਤ ਦੀਆਂ ਗੱਲਾਂ ਦੱਸੋ। ਹਾਂਜੀ ਹਾਂਜੀ, ਅੱਛਾ ਅੱਛਾ ਅੱਛਾ, ਤੁਸੀਂ ਬੰਬੇ ਤੋਂ ਆਉਂਦੇ, ਸਾਨੂੰ ਥੋੜ੍ਹਾ ਬਹੁਤ ਤੁਹਾਡਾ ਬੜਾ ਪਿਆਰ ਹੈ ਅਮਿਤਾਬ ਜੀ ਨਾਲ। ਹਾਂਜੀ ਹਾਂਜੀ, ਧਰਮ ਭਾਜੀ ਨਾਲ। ਹਾਂਜੀ, ਇਹ ਉਹਨਾਂ ਦੇ ਜੋ ਤੁਹਾਡੇ ਰਿਲੇਸ਼ਨ ਨੇ, ਥੋੜ੍ਹਾ ਬਹੁਤ ਉਹਨਾਂ ਬਾਰੇ ਦੱਸਣਾ ਚਾਹੋਗੇ? ਬਸ ਜੀ, ਰਿਲੇਸ਼ਨ ਨੇ ਇਹ ਉਹਨਾਂ ਦੀ ਜ਼ਾਰਾ ਨਵਾਜ਼ੀ ਹੈ ਕਿ ਉਹਨਾਂ ਦਾ ਪਿਆਰ ਹੈ ਔਰ ਅਸੀਂ ਵੀ ਓਬੀਡੀਐਂਟ ਬੱਚੇ ਬਣ ਕੇ ਉਹਨਾਂ ਦੇ ਸਾਹਮਣੇ ਹਮੇਸ਼ਾ ਰਹੇ ਹਾਂ ਔਰ ਉਸ ਚੀਜ਼ ਨੂੰ ਉਹਨਾਂ ਨੇ ਪਿਆਰ ਦਿੱਤਾ ਹੈ, ਨਵਾਜ਼ਿਆ ਹੈ। ਸਾਡੇ ਥੋੜ੍ਹੇ ਜਿਹੇ ਫੈਮਿਲੀ ਰਿਲੇਸ਼ਨ ਨੇ ਜਿਵੇਂ ਮਤਲਬ, ਔਰ ਉਹ ਹਮੇਸ਼ਾ ਮਤਲਬ ਹੌਸਲਾ ਅਫਜ਼ਾਈ ਕਰਦੇ ਨੇ। ਧਰਮ ਭਾਜੀ ਤਾਂ ਬਹੁਤ ਹੀ ਕਰਦੇ ਨੇ, ਜਿਵੇਂ ਅਮਿਤ ਜੀ ਵੀ ਹੈਗੇ ਨੇ, ਉਹ ਆਪਣੇ ਸਟਾਈਲ ਦੇ ਬੰਦੇ ਨੇ, ਅਤੇ ਯੂ ਨੋ ਇਟ ਇਜ਼ ਏ ਵੰਡਰਫੁੱਲ ਫੀਲਿੰਗ, ਵੰਡਰਫੁੱਲ ਫੀਲਿੰਗ। ਅਮਿਤਾਬ ਜੀ ਦਾ ਇੰਨਾ ਲੰਬਾ ਸਮਾਂ ਭਾਰਤੀ ਫਿਲਮਾਂ ਵਿੱਚ ਇੱਕ ਸਕਸੈਸਫੁਲ ਐਕਟਰ ਦੇ ਤੌਰ 'ਤੇ ਰਹਿਣਾ, ਤੁਸੀਂ ਵੀ ਐਕਟਰ ਹੋ ਅਤੇ ਥੋੜ੍ਹਾ ਬਹੁਤ ਅਸੀਂ ਵੀ ਥੀਏਟਰ ਕਰ ਲਈਦਾ, ਇਹਦੇ ਪਿੱਛੇ ਜਿਹੜੇ ਨਵੇਂ ਐਕਟਰ ਬਣਨਾ ਚਾਹੁੰਦੇ ਨੇ, ਕੀ ਰਾਜ਼ ਹੋ ਸਕਦਾ ਜਿਹੜੇ ਨਵੇਂ ਬੱਚੇ ਇਹਨਾਂ ਗੱਲਾਂ ਤੋਂ ਸਿੱਖ ਸਕਣ? ਜੀ, ਨਵੇਂ ਬੱਚੇ ਤਾਂ ਇਹ ਸਿੱਖਣ ਵੀ ਦੇਰ ਇਜ਼ ਨੋ ਸ਼ੋਰਟਕੱਟ
ਟੂ ਐਨੀ ਸਕਸੈਸ ਜੀ ਹਾਂ ਅਤੇ ਇਸ ਕਰਕੇ ਜਿਹੜਾ ਵੀ ਕੰਮ ਕਰਨਾ ਹੈ ਐਕਟਿੰਗ ਕਰਨੀ ਹੈ ਡਾਇਰੈਕਸ਼ਨ ਕਰਨੀ ਹੈ ਗਾਣੇ ਲਿਖਣੇ ਹੈ ਜਾਂ ਮਿਊਜ਼ਿਕ ਸਿੱਖਣਾ ਹੈ ਜੋ ਵੀ ਹੈ ਉਸ ਦੀ ਬੇਸਿਕ ਚੀਜ਼ਾਂ ਨੂੰ ਸਿੱਖ ਕੇ ਔਰ ਉਹਨਾਂ 'ਤੇ ਮਾਹਿਰਤਾ ਹਾਸਿਲ ਕਰੋ ਤਾਂ ਕਿ ਅੱਗੇ ਵਧਣ ਵਾਸਤੇ ਤੁਹਾਨੂੰ ਕੋਈ ਚੀਜ਼ ਦਾ ਚੈਲੇਂਜ ਵੀ ਮਤਲਬ ਜਿਹੜਾ ਹੈ ਤੁਸੀਂ ਉਹਨੂੰ ਮੀਟ ਕਰ ਸਕੋ ਅਤੇ ਫਿਰ ਸਫਲਤਾ ਮਿਲੇਗੀ ਮੈਂ ਸਮਝਦਾ ਕਿ ਲਗਾਤਾਰ ਜਿਹੜੀ ਮਿਹਨਤ ਹੈ ਹਾਂਜੀ ਇੱਕ ਚੀਜ਼ ਹਿੱਟ ਹੋ ਗਈ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਬਸ ਹੁਣ ਪਹੁੰਚ ਗਏ ਯੂ ਹੈਵ ਟੂ ਕੀਪ ਨਹੀਂ ਨਹੀਂ ਇਹ ਤਾਂ ਜੀ ਐਵਰੀ ਯੂ ਆਰ ਨੋਨ ਬਾਈ ਦਾ ਬੈਸਟ ਲੇਟੈਸਟ ਹਾਂਜੀ ਮਤਲਬ ਪਿਕਚਰਾਂ ਇੰਨੀਆਂ ਬਣਾ ਕੇ ਵੀ ਆਦਮੀ ਪਿੱਛੇ ਇੱਕ ਦੋ ਫੇਲ ਹੋ ਜਾਣ ਤਾਂ ਬੰਦਾ ਕਹਿੰਦਾ ਯਾਰ ਇਹ ਤਾਂ ਫੇਲ ਹੋ ਗਈ ਹਾਂਜੀ ਉਹ ਪਿਛਲੀਆਂ ਫਿਰ ਗਿਣਨੀਆਂ ਥੋੜੀ ਜਿਹੀਆਂ ਲੋਕ ਘੱਟ ਕਰ ਦਿੰਦੇ ਇਸ ਕਰਕੇ ਯੂ ਆਰ ਨੋਨ ਬਾਈ ਦਾ ਲੇਟੈਸਟ ਐਂਡ ਯੂ ਸ਼ੁੱਡ ਬੀ ਰੈਡੀ ਕਿ ਅੱਛੀ ਤੋਂ ਅੱਛੀ ਪਿਕਚਰ ਤੁਸੀਂ ਲੋਕਾਂ ਨੂੰ ਦੇ ਸਕੋ ਔਰ ਬਣਾ ਰਹੇ ਨੇ ਅੱਛੇ ਬੱਚੇ ਅੱਛੇ ਡਾਇਰੈਕਸ਼ਨ ਡਾਇਰੈਕਟਰ ਆ ਰਹੇ ਨੇ ਮੈਂ ਆਈ ਐਮ ਰੀਅਲੀ ਹੈਪੀ ਐਂਡ ਇੰਸਪਾਇਰਡ ਬਾਈ ਦੈਮ ਹਾਂਜੀ ਹਾਂਜੀ ਔਰ ਇੱਕਦਮ ਜਿਹੜਾ ਮਾਹੌਲ ਹੈ ਉਹ ਵੀ ਚੇਂਜ ਹੋਇਆ ਫਿਲਮਾਂ ਵਿੱਚ ਵੀ ਮਿਊਜ਼ਿਕ ਵਿੱਚ ਵੀ ਐਵਰੀਵੇਅਰ ਆਈ ਥਿੰਕ ਇਟਸ ਵੈਰੀ ਗੁੱਡ ਆਪਣੀ ਨਵੀਂ ਜਨਰੇਸ਼ਨ ਲਈ ਅਤੇ ਛਾਬੜਾ ਜੀ ਤੁਸੀਂ ਸਮਾਂ ਕੱਢਿਆ ਔਰ ਸਾਡੇ ਇਸ ਪ੍ਰੋਗਰਾਮ ਦੇ ਥਰੂ ਤੁਸੀਂ ਲੱਖਾਂ ਸਾਡੇ ਵੇਖਣ ਵਾਲੇ ਸਰੋਤਿਆਂ ਦੇ ਰੂਬਰੂ ਹੋਏ ਹੋ ਉਹਨਾਂ ਨੂੰ ਤੁਸੀਂ ਕੈਨੇਡਾ ਵਿੱਚ ਵਸਦਿਆਂ ਨੂੰ ਕੁਝ ਕਹਿਣਾ ਚਾਹੋਗੇ ਜੀ ਵਾਹ ਜੀ ਵਾਹ ਕੈਨੇਡਾ 'ਚ ਵੱਸ ਰਹੇ ਹੋ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਗੱਲ ਹੋ ਸਕਦੀ ਹੈ ਕਿਉਂਕਿ ਲੋਕ ਕੈਨੇਡਾ ਇਸ ਪਾਸੇ ਆਉਣ ਨੂੰ ਤਰਸਦੇ ਨੇ ਇੱਥੋਂ ਦੀ ਖੂਬਸੂਰਤੀ ਇੱਥੋਂ ਦੀ ਖੂਬਸੂਰਤੀ ਖੂਬਸੂਰਤ ਲੋਕ ਔਰ ਇੱਥੋਂ ਦਾ ਖੂਬਸੂਰਤ ਮਤਲਬ ਲੋਕਾਂ ਨੂੰ ਚਾਹ ਆਪਣੀ ਆਪਣੇ ਸੰਸਕਾਰਾਂ ਨਾਲ ਆਪਣੀ ਮਾਂ ਬੋਲੀ ਨਾਲ ਇਹ ਦੇਖ ਕੇ ਅਤੇ ਉਹਨਾਂ ਦੇ ਪਰਿਵਾਰ ਕਈਆਂ ਦਾ ਮੈਂ ਦੇਖ ਕੇ ਤਾਂ ਬੜਾ ਖੁਸ਼ ਹੁੰਦਾ ਤੋ ਆਈ ਮਤਲਬ ਵਿਸ਼ ਦੈਮ ਆਲ ਦਾ ਬੈਸਟ ਐਂਡ ਕੀਪ ਇਟ ਅਪ ਆਪਣੇ ਸੰਸਕਾਰਾਂ ਨੂੰ ਜਕੜ ਕੇ ਰੱਖੋ ਅੱਗੇ ਵਧਾਓ ਔਰ ਜ਼ਿੰਦਗੀ ਚਲਦੀ ਜਾਏ ਜੀ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਔਰ ਉਮੀਦ ਹੈ ਬਹੁਤ ਜਲਦੀ ਹਾਂਜੀ ਹਾਂਜੀ ਪਰਦੇ ਤੇ ਵੀ ਇਕੱਠੇ ਹੁਣ ਪਰਦੇ ਤੇ ਇਕੱਠੇ ਕੰਮ ਕਰਾਂਗੇ ਜੀ ਇਕੱਠੇ ਫਿਲਮ ਬਣਾਵਾਂਗੇ ਭਾਜੀ ਹਾਂ ਚਿੰਤਾ ਨਾ ਕਰੋ ਗੁਰਸ਼ਨ ਜੀ ਥੈਂਕ ਯੂ ਗੁਰਸ਼ਨ ਜੀ ਆਈ ਐਮ ਵੈਰੀ ਥੈਂਕਫੁਲ ਐਂਡ ਹੈਪੀ ਕਮ ਟੂ ਯੂਅਰ ਸਟੂਡੀਓ ਥੈਂਕ ਯੂ ਸੋ ਮਚ ਹਾਂਜੀ ਥੈਂਕ ਯੂ